ਸ਼ਿਵ ਕੇਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕੁਲਦੀਪ ਮਾਨਕ ਸਾਹਿਬ ਨੇ ਸਾਈਂ ਸਰਕਾਰ ਦਾ ਤਲਾਢੀ ਸ਼ਾਹ ਸਰਕਾਰ ਜੀ ਤੋਂ ਕਿਵੇਂ ਮਾਫੀ ਮੰਗੀ ਤੇ ਕਿਵੇਂ ਸਾਈਂ ਜੀ ਦੇ ਕੁਲਦੀਪ ਮਾਨਕ ਸਾਹਿਬ ਮਰੀਦ ਹੋਏ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੇ ਦਰਬਾਰ ਦੇ ਕੁਲਦੀਪ ਮਾਨਕ ਕਿਵੇਂ ਮਰੀਦ ਹੋਏ ਸਮਾਂ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇਹ ਗੱਲ ਬਹੁਤ ਹੀ ਜ਼ਿਆਦਾ ਪੁਰਾਣੀ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਇਸ ਦੁਨੀਆ ਤੇ ਸਰੀਰਕ ਤੌਰ ਤੇ ਵਿਰਾਜਮਾਨ ਸੀਗੇ ਹੁਣ ਤਾਂ ਸਾਈਂ ਸਰਕਾਰ ਦਾ ਤਾਂ ਲਾਢੀ ਸ਼ਾਹ ਸਰਕਾਰ ਜੀ ਹਾਜ਼ਰ ਨਾਜ਼ਰ ਹੋ ਗਏ ਹੁਣ ਵੀ ਸਾਈਂ ਜੀ ਸਾਡੇ ਵਿੱਚ ਨੇ ਤਾਂ ਇਹ ਗੱਲ ਉਦੋਂ ਦੀ ਹੈ ਸਾਈਂ ਜੀ ਨੇ ਆਪਣੇ ਮুরিਦਾਂ ਨੂੰ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਇਸ ਵਾਰ ਆਪਾਂ ਦਰਬਾਰ ਦੇ ਮੇਲੇ ਤੇ ਕੁਲਦੀਪ ਮਾਨਕ ਸਾਹਿਬ ਦਾ ਜੋ ਉੱਥੇ ਹਾਜ਼ਰੀ ਲਗਵਾਉਣੀ ਹੈ ਕੁਲਦੀਪ ਮਾਨਕ ਸਾਹਿਬ ਦਾ ਉਦੋਂ ਬੜਾ ਨਾਮ ਸੀ ਤਾਨੂੰ ਪਤਾ ਹੀ ਹੈ ਕੁਲਦੀਪ ਮਾਨਕ ਸਾਹਿਬ ਦਾ ਅੱਜ ਵੀ ਨਾਮ ਹੈ ਉਦੋਂ ਕੁਲਦੀਪ ਮਾਨਕ ਸਾਹਿਬ ਦਾ ਨਾਮ ਬਹੁਤ ਜ਼ਿਆਦਾ ਸੀ ਤਾਂ ਸਾਈਂ ਜੀ ਨੇ ਕਿਹਾ ਕਿ ਆਪਾਂ ਇਸ ਵਾਰ ਦਰਬਾਰ ਦੇ ਮੇਲੇ ਤੇ ਕੁਲਦੀਪ ਮਾਨਕ ਸਾਹਿਬ ਦੀ ਹਾਜ਼ਰੀ ਲਗਵਾਉਣੀ ਹੈ ਤੇ ਤੁਸੀਂ ਕੁਲਦੀਪ ਮਾਨਕ ਸਾਹਿਬ ਨਾਲ ਗੱਲਬਾਤ ਕਰੋ ਤਾਂ ਸੇਵਾਦਾਰਾਂ ਨੇ ਕੁਲਦੀਪ ਮਾਨਕ ਸਾਹਿਬ ਨਾਲ ਕੰਟੈਕਟ ਕੀਤਾ ਉਹਨਾਂ ਨੂੰ ਦੱਸਿਆ ਕਿ ਨਕੋਦਰ ਦੇ ਵਿੱਚ ਡੇਰਾ ਬਾਬਾ ਮੁਰਾਦ ਸ਼ਾਹ ਸਰਕਾਰ ਦਾ ਦਰਬਾਰ ਹੈ ਤੇ ਤੁਸੀਂ ਉੱਥੇ ਮੇਲੇ ਤੇ ਆਪਣੀ ਹਾਜ਼ਰੀ ਲਗਵਾਉਣੀ ਹੈ ਕੁਲਦੀਪ ਮਾਨਕ ਸਾਹਿਬ ਕਹਿੰਦੇ ਕਿ 3500 ਰੁਪਏ ਲੱਗੂਗਾ ਉਦੋਂ ਸਾਈਂ ਜੀ ਬਾਰੇ ਲੋਕ ਨਹੀਂ ਜਾਣਦੇ ਸੀ ਇਹਨਾਂ ਸਾਈਂ ਜੀ ਬਾਰੇ ਲੋਕ ਨਹੀਂ ਜਾਣਦੇ ਸੀ ਕਿ ਸਾਈਂ ਜੀ ਇੱਕ ਰੱਬੀ ਰੂਪ ਆ ਕੁਲਦੀਪ ਮਾਨਕ ਸਾਹਿਬ ਕਹਿੰਦੇ ਕਿ 3500 ਰੁਪਏ ਲੱਗੂਗਾ ਸਾਈਂ ਜੀ ਕਹਿੰਦੇ ਹਾਂ ਕੋਈ ਗੱਲ ਨਹੀਂ 3500 ਰੁਪਏ ਲੈ ਲਿਓ ਤਾਂ ਕੁਲਦੀਪ ਮਾਨਕ ਸਾਹਿਬ ਕਹਿੰਦੇ ਕਿ 3500 ਦੀ ਤਾਂ ਇੱਕ ਚੰਗੀ ਮੱਝ ਆ ਜਾਵੇਗੀ ਤੁਸੀਂ ਮੱਝ ਵੀ ਲੈ ਸਕਦੇ ਹੋ ਸਾਈਂ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਆਇਓ ਆਪਣੀ ਹਾਜ਼ਰੀ ਲਗਵਾਇਓ ਬਾਦ ਦੇ ਵਿੱਚ ਦੇਖਾਂਗੇ ਵੀ ਮੱਝ ਲੈਣੀ ਆ ਕਿ ਕੀ ਹੁੰਦਾ ਸਮਾਂ ਬੀਤ ਗਿਆ ਮੇਲੇ ਵਾਲਾ ਦਿਨ ਆਇਆ ਤਾਂ ਕੁਲਦੀਪ ਮਾਨਕ ਸਾਹਿਬ ਜਦੋਂ ਆਪਣੀ ਹਾਜ਼ਰੀ ਲਗਵਾਉਣ ਦਰਬਾਰ ਤੇ ਆਏ ਤਾਂ ਸਾਈਂ ਜੀ ਨੇ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਸੀ ਉਹ ਤਾਂ ਦੇਣੇ ਸੀ ਪਰ ਸਾਈਂ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿੱਦੀ ਵੀ ਝੋਲੀ ਭਰਦੇ ਨੇ ਦੋਵੇਂ ਹੱਥਾਂ ਦੇ ਨਾਲ ਉਹਨੂੰ ਇੰਨਾ ਕੁ ਜ਼ਿਆਦਾ ਦੇ ਦਿੰਦੇ ਨੇ ਕਿ ਉਹਦੇ ਤੋਂ ਸ਼ਾਮ ਵੀ ਨਹੀਂ ਹੁੰਦਾ ਸਾਈਂ ਜੀ ਨੇ ਕੁਲਦੀਪ ਮਾਨਕ ਸਾਹਿਬ ਨੂੰ ਨੋਟਾਂ ਦੇ ਨਾਲ ਲੱਦ ਦਿੱਤਾ ਫਿਰ ਕੁਲਦੀਪ ਮਾਨਕ ਸਾਹਿਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਕੁਲਦੀਪ ਮਾਨਕ ਸਾਹਿਬ ਨੇ ਸਾਈਂ ਜੀ ਤੋਂ ਮਾਫੀ ਮੰਗੀ ਤੇ ਫਿਰ ਕੁਲਦੀਪ ਮਾਨਕ ਸਾਹਿਬ ਸਾਈਂ ਜੀ ਦੇ ਡੇਰਾ ਬਾਬਾ ਮਰਾਛਾ ਸਰਕਾਰ ਜੀ ਦੇ murid ਹੋ ਗਏ ਸੀ ਸਾਈਂ ਜੀ ਦਾ ਦਾਤਾਂ ਵੰਡਣ ਦਾ ਢੰਗ ਬੜਾ ਵੱਖਰਾ ਸੀ ਕਿਸੇ ਨੂੰ ਵੀ ਆਪਣੇ ਨਾਲ ਜੋੜਨਾ ਸਾਈਂ ਜੀ ਸਭ ਜਾਣਦੇ ਸੀ ਕਿ ਕਿਵੇਂ ਕਿਸੇ ਨੂੰ ਆਪਣੇ ਨਾਲ ਜੋੜਨਾ ਹੈ ਕਿਵੇਂ ਉਹਦੇ ਤੇ ਕਰਮ ਕਰਨਾ ਸਾਈਂ ਜੀ ਦਾ ਦਾਤਾਂ ਵੰਡਣ ਦਾ ਢੰਗ ਵੱਖਰਾ ਸੀ ਤੇ ਵੱਖਰਾ ਹੀ ਰਹੇਗਾ ਅੱਜ ਤੱਕ ਦਰਬਾਰ ਤੋਂ ਕੋਈ ਖਾਲੀ ਨਹੀਂ ਮੁੜਿਆ ਤੇ ਨਾ ਹੀ ਮੁੜੇਗਾ। ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਬੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। ਧੰਨਵਾਦ ਬਹੁਤ ਬਹੁਤ ਧੰਨਵਾਦ।